ਅਸੀਂ ਛਕਣ ਲੱਗ ਪਏ ਪ੍ਰਸ਼ਾਦਾ, ਰੱਬ ਨੇ ਬਦਲ ਲਿਆ ਇਰਾਦਾ। ਇਸ ਬਲੌਗ ਦੀ ਸ਼ੁਰੂਆਤ ਸਾਨੂੰ ਸੜਕ ਤੋਂ ਹੀ ਕਰਨੀ ਪੈ ਰਹੀ ਆ। ਕਾਫੀ ਦੇਰ ਦੇ ਸਾਰੇ ਰੁਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਕੋਈ ਥਾਂ ਐਸੀ ਨਹੀਂ ਲੱਭ ਰਹੀ ਜਿਹੜੀ ਸਾਰਿਆਂ ਨੂੰ ਪਸੰਦ ਹੋਵੇ। ਕਹਿੰਦੇ ਖਲੋ ਕੇ ਫੋਟੋਆਂ ਖਿੱਚਣੀਆਂ, ਪਰ ਜਿੱਥੇ ਰੁਕਣ ਲੱਗਦੇ ਕੋਈ ਨਾ ਕੋਈ ਕਹਿ ਦਿੰਦਾ ਨਹੀਂ ਅੱਗੇ ਨਹੀਂ ਅੱਗੇ। ਸ਼ਿਮਲਾ ਇੱਥੋਂ 30-35 ਕਿਲੋਮੀਟਰ ਹੈ, ਅਸੀਂ ਸ਼ਿਮਲੇ ਵੱਲ ਨੂੰ ਹੀ ਜਾ ਰਹੇ ਹਾਂ। ਆਹ ਇੱਕ ਟਰੱਕ ਭਰੇ ਜਾ ਰਹੇ ਨਾ ਤਰਪਾਲਾਂ ਵਾਲੇ, ਇਹ ਸਭ ਤਕਰੀਬਨ ਇਹ ਸੇਬ ਹੀ ਜਾ ਰਿਹਾ ਇੱਥੋਂ। ਹਾਂ ਆ ਗਏ ਹਿਮਾਲਿਅਨ ਹਾਈਟਸ, ਆਪਾਂ ਇੱਥੇ ਵੀ ਲੰਚ ਕੀਤਾ ਸੀ। ਕਿੱਧਰ ਨੂੰ ਚਾੜ ਦਿੱਤੇ ਮੋਟਰਸਾਈਕਲ, ਚੱਲ ਪਿੱਛੇ ਦਾ ਮਾਰਸ਼ਾਲਾ। ਵਾਹਿ ਗੁਰੂ, ਵਾਹਿ ਗੁਰੂ। ਪਹਿਲਾਂ ਚੜ੍ਹਾਈ ਚੜ੍ਹ ਗਏ, ਹੁਣ ਚੜ੍ਹਾਈ ਉਤਰ ਰਹੇ ਹਾਂ। ਪਹਾੜਾਂ ਦੀਆਂ ਸੜਕਾਂ ਸੌੜੀਆਂ ਹੁੰਦੀਆਂ ਵਾ, ਇੱਕ ਲੋਡਡ ਟਰੱਕ ਸਾਰੇ ਪਿੰਡ ਨੂੰ ਮਗਰ ਲਾਈ ਫਿਰਦਾ, ਨਾ ਵਿਚਾਰਾ ਖਲੋ ਕੇ ਰਾਹ ਦੇਣ ਜੋਗਾ, ਨਾ ਉਹ ਤੇਜ਼ ਚਲਾਉਣ ਜੋਗਾ। ਬਹੁਤ ਔਖੀ ਹੈ ਡਰਾਈਵਰੀ ਟਰੱਕ ਦੀ। ਮੁੜ ਜਾ ਮੇਰਾ ਵੀਰ, ਮੁੜ ਜਾ। ਚਲੋ ਜੀ, ਧੰਨ ਨੇ ਇਹ ਵੀਰ ਜਿਹੜੇ ਦਿਨ ਰਾਤ ਲੱਗੇ ਰਹਿੰਦੇ ਆ। ਆਹ ਦੇਖੋ ਟਰੱਕ ਪਲਟਿਆ, ਔਰ ਪਲਟਿਆ ਵੀ ਬਹੁਤ ਕਸੂਤਾ ਵਾ। ਆਮ ਤੌਰ 'ਤੇ ਦੂਜੇ ਪਾਸੇ ਨੂੰ ਪਲਟਣਾ ਚਾਹੀਦਾ, ਪਰ ਇਹ ਕੋਈ ਨਾ ਕੋਈ ਐਸਾ ਕਸੂਤਾ। ਉਹ ਗੱਡੀ ਅੱਗੇ ਆਈ ਥੱਲੇ, ਇਹ ਟਰੱਕ ਬਹੁਤ ਤੇਜ਼ ਮੋੜਨ ਕਰਕੇ ਪਲਟਿਆ ਵਾ। ਨਹੀਂ ਤਾਂ ਪਲਟਣਾ ਹੋਵੇ ਟਰੱਕ ਨੇ ਤਾਂ ਨੀਵੇਂ ਪਾਸੇ ਨੂੰ ਪਲਟਣਾ ਹੁੰਦਾ, ਇਹ ਉੱਚੇ ਪਾਸੇ ਨੂੰ ਟਰੱਕ ਪਲਟਿਆ ਸੀਗਾ। ਅੱਗੇ ਅੱਗੋਂ ਆਉਂਦੀ ਗੱਡੀ ਵੀ ਚਪੇਟ ਵਿੱਚ ਲੈ ਲਈ ਉਸ ਟਰੱਕ ਕੋਲੋਂ। ਮੋੜ ਤੇਜ਼ੀ ਨਾਲ ਮੁੜਿਆ ਨਹੀਂ ਗਿਆ, ਬ੍ਰੇਕ ਬਰੂਕ ਮਾਰੀ ਆ, ਨੁਕਸਾਨ ਹੋ ਗਿਆ। ਹੋਪਫੁਲੀ ਗੱਡੀ ਵਾਲੇ ਬਚ ਗਏ ਹੋਣਗੇ, ਇੰਜਣ ਤੇ ਟਰੱਕ ਥੱਲੇ ਆਇਆ ਸੀ, ਹੁਣ ਗੱਡੀ ਵਾਲਿਆਂ ਦਾ ਕੀ ਹਾਲ ਹੋਇਆ ਇਹ ਨਹੀਂ ਪਤਾ। ਵਾਹ ਜੀ ਵਾਹ, ਸੜਕ ਤੇ ਅਸੀਂ ਪਾਸ ਕਰਨੀ ਹੈ ਪਰ ਆਲਾ ਦੁਆਲਾ ਨਹੀਂ ਦੇਖਣਾ। ਸ਼ਿਮਲਾ 10 ਕਿਲੋਮੀਟਰ, ਸੋਲਨ 55, ਚੰਡੀਗੜ੍ਹ 134। ਬੜੀ ਸਟੀਪ ਜਿਹੀ ਪਹਾੜੀ ਆ, ਸਾਹਮਣੇ ਦੇਖਦੀ ਵੇਖੋ ਘਰ ਉਹਦੇ ਉੱਤੇ ਕਿੰਨੇ ਉੱਚੇ ਉੱਚੇ ਬਣੇ ਆ। ਅਮਰੀਕ ਭਾਜੀ ਕਹਿੰਦੇ ਇਹਨੂੰ ਨਿਊ ਸ਼ਿਮਲਾ ਕਹਿੰਦੇ ਆ। ਕਿੱਦਾਂ ਦੀ ਸੜਕ ਤੇ ਕਿੱਦਾਂ ਦੇ ਰਾਹ ਨੇ, ਇਹ ਤਾਂ ਅਸੀਂ ਜਾਣਦੇ ਵਿਕਦੀਆਂ ਕਿਹੜੇ ਭਾ ਨੇ। ਸਿੰਘੋ ਮੋਟਰਸਾਈਕਲ ਥੋੜਾ ਦੜਾਇਆ ਕਰੋ, ਦਾਸ ਨੂੰ ਵੀ ਨਾਲ ਲੈ ਜੋ, ਨਾਖ ਪਾਇਆ ਕਰੋ। ਦਾਸ ਨੇ ਨਾਲ ਨਾਲ ਵੀਡੀਓ ਵੀ ਬਣਾਉਣੀ ਹੁੰਦੀ ਏ, ਮੁੜ ਕੇ ਐਡਿਟ ਕਰਕੇ ਯੂਟਿਊਬ ਤੇ ਵੀ ਪਾਉਣੀ ਹੁੰਦੀ ਏ। ਸ਼ਿਮਲੇ ਦੇ ਵਿੱਚ ਟਨਲ ਦੇ ਵਿੱਚੋਂ ਦੀ ਲੰਘ ਕੇ ਜਾਣਾ। ਸ਼ਿਮਲਾ ਸ਼ਹਿਰ ਵਿਊ ਖੱਬੇ ਪਾਸੇ ਬੜਾ ਕਹਿਰ, ਪਹਾੜੀ ਸ਼ਹਿਰਾਂ ਦਾ ਚਾਹ ਤੇ ਹੁੰਦਾ ਪਰ ਰਹਿਣਾ ਬੜਾ ਔਖਾ ਇੱਥੇ, ਜ਼ਿੰਦਗੀ ਬਹੁਤ ਔਖੀ ਆ। ਪਹਾੜੀ ਚੜ੍ਹਦੇ ਜਾਓ ਉਤਰਦੇ ਜਾਓ, ਚੜ੍ਹਦੇ ਜਾਓ ਉਤਰਦੇ ਜਾਓ, ਸਾਰੀ ਦਿਹਾੜੀ ਇਹੀ ਕੰਮ ਹੈ। ਸਰੀਰ ਤੰਦਰੁਸਤ ਰਹਿੰਦੇ ਇੱਥੇ ਦੇ ਰਹਿਣ ਵਾਲਿਆਂ ਦੇ, ਸਮਾਨ ਚੁੱਕ ਕੇ ਆਪਣੇ ਘਰਾਂ ਨੂੰ ਸੌਦਾ ਪੱਤਾ ਲੈ ਕੇ ਜਾਂਦੇ ਆ, ਆ ਤੁਰੇ ਫਿਰਦੇ ਸਾਰੇ। ਸ਼ਹਿਰ ਤਾਂ ਬਹੁਤ ਸੋਹਣਾ ਜੇ, ਇਹ ਤਾਂ ਗੱਲ ਆਪਾਂ ਮੰਨ ਲਈ ਕਿ ਬਹੁਤ ਹੀ ਸੋਹਣਾ ਸ਼ਹਿਰ ਆ। ਦੂਰੋਂ ਦੂਰੋਂ ਚਮਕਦਾ ਸੋਹਣਾ ਵਸਿਆ ਪਹਾੜਾਂ ਦੇ ਵਿੱਚ। ਸਾਹਮਣੇ ਇੱਕ ਗੁਰਦੁਆਰਾ ਸਾਹਿਬ ਦਿਖਾਈ ਦਿੱਤਾ ਸੀ, ਮੈਨੂੰ ਲੱਗਦਾ ਉੱਥੇ ਜਾ ਰਹੇ ਸੰਗ। ਸਾਹਮਣੇ ਆ ਗਿਆ ਜੀ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਹਿਮਾਚਲ ਪ੍ਰਦੇਸ਼। ਸ਼ਿਮਲੇ ਅਸੀਂ ਪਹੁੰਚ ਗਏ ਆ, ਆ ਸਾਹਮਣੇ ਗੁਰਦੁਆਰਾ ਸਾਹਿਬ ਹੈ, ਥੱਲੇ ਗੁਰਦੁਆਰਾ ਸਿੰਘ ਸਭਾ। ਇੱਥੇ ਹੀ ਆਪਣੇ ਮੋਟਰਸਾਈਕਲ ਲਾ ਕੇ, ਆਪਣਾ ਸਮਾਨ ਇੱਥੇ ਜਮ੍ਹਾਂ ਕਰਾ ਕੇ
ਤਾਂ ਹੁਣ ਅਸੀਂ ਚੜ੍ਹਨ ਲੱਗੇ ਹਾਂ ਚੜ੍ਹਾਈ ਮਾਲ ਰੋਡ ਨੂੰ ਜਾਣਾ ਹੈ ਅਤੇ ਮੈਨੂੰ ਨਹੀਂ ਪਤਾ ਕਿੰਨਾ ਕੁਛ ਅਜੇ ਟਿਕਾਣਾ ਹੈ ਪਹਿਲੀ ਵਾਰ ਆਏ ਹਾਂ ਉਹ ਅੱਗੇ ਸਾਡੀ ਟੀਮ ਜਾਂਦੀ ਹੈ ਮੈਂ ਸੋਚਿਆ ਥੋੜ੍ਹੀ ਜਿਹੀ ਗੱਲ ਕਰ ਲਈਏ ਕਿਉਂਕਿ ਜਦੋਂ ਇੱਕ ਵਾਰੀ ਸਾਹ ਚੜ੍ਹ ਗਿਆ ਫਿਰ ਤਾਂ ਬੋਲ ਹੋਣਾ ਨਹੀਂ ਆ ਲੰਮਾ ਰਸਤਾ ਹੈਗਾ ਜੀ ਥੋੜ੍ਹਾ ਉੱਧਰ ਜਾ ਕੇ ਇੱਕ ਲਿਫਟ ਜੀ ਲੈ ਕੇ ਉੱਪਰ ਜਾਣ ਵਾਲਾ ਪਰ ਅਸੀਂ ਅੱਜ ਇਹੀ ਚੂਜ਼ ਕੀਤਾ ਕਿ ਇੱਥੋਂ ਉੱਪਰ ਚੜ੍ਹਦੇ ਹਾਂ ਹੁਣ ਦੇਖੋ ਕਿੰਨਾ ਕੁ ਚਿਰ ਕਾਢ ਕੱਢਦੇ ਹਾਂ ਅੱਗੇ ਹੁਣ ਇਸ ਵਾਕਵੇ 'ਚ ਬਣ ਵੜ ਗਏ ਅਸੀਂ ਹਿੰਮਤ ਤਾਂ ਵੱਡੀ ਕੀਤੀ ਹੈ ਆਹ ਵੇਖੋ ਘਰ ਬਣੇ ਇੱਥੇ ਲੱਕੜ ਦੇ ਆਹ ਲੱਕੜ ਇਹ ਪੌੜੀਆਂ ਇਹ ਆ ਵੇਖੋ ਪੁਰਾਣੀਆਂ ਛੱਤਾਂ ਇਹ ਜਦੋਂ ਗੋਰਿਆਂ ਨੇ ਵਸਾਇਆ ਹੋਣਾ ਵਾ ਸ਼ਿਮਲਾ ਉਦੋਂ ਦੀਆਂ ਹੀ ਬਣੀਆਂ ਹੋਣੀਆਂ ਵਾ ਵਧੀਆ ਹਾਲਾਤ 'ਚ ਅਜੇ ਸੋਹਣੇ ਲੱਗਦੇ ਆ ਪੁਰਾਣੇ ਆਈਕੋਨਿਕ ਜੀਆਂ ਸਾਰੀਆਂ ਪੌੜੀਆਂ ਅਸੀਂ ਚੜ੍ਹ ਆਏ ਸਾਰੀਆਂ ਹੋਪਫੁਲੀ ਹੋਰ ਪੌੜੀਆਂ ਨਹੀਂ ਚੜ੍ਹਨੀਆਂ ਹੋਣਗੀਆਂ ਅਸੀਂ ਛਕਣ ਲੱਗ ਪਏ ਪ੍ਰਸ਼ਾਦਾ ਰੱਬ ਨੇ ਬਦਲ ਲਿਆ ਇਰਾਦਾ ਪਹਿਲਾਂ ਸੀਗੀ ਧੁੱਪ ਤੇ ਹੁਣ ਨਹੀਂ ਲੱਭਦੀ ਕਿਤੇ ਸੁੱਖ ਤੇ ਹੁਣ ਮਹਾਰਾਜ ਨੇ ਵੇਖੋ ਮੀਂਹ ਦਿੱਤਾ ਪਾ ਤੇ ਹੁਣ ਤੇ ਬੰਦਾ ਵੀ ਵੀਡੀਓ 'ਚ ਕਿਤੇ ਕਿਤੇ ਲੱਭਦਾ ਤੇ ਅਸੀਂ ਹੁਣ ਦਿਖਦਾ ਨਹੀਂ ਕੁਛ ਵੀ ਚਲੋ ਥੋੜ੍ਹਾ ਬਹੁਤਾ ਦੇਖ ਲੈਂਦੇ ਹਾਂ ਫਿਰ ਚੱਲਦੇ ਹਾਂ ਆਪਣੇ ਰਾਹਾਂ 'ਤੇ ਜਦੋਂ ਅਸੀਂ ਉੱਪਰ ਗਏ ਸੀਗੇ ਤੇ ਬੱਦਲ ਹੀ ਬੱਦਲ ਹੋ ਗਿਆ ਸੀ ਦਿਖਾਈ ਨਹੀਂ ਕੁਛ ਦਿੰਦਾ ਹੁਣ ਅਸੀਂ ਥੱਲੇ ਉੱਤਰ ਆਏ ਹਾਂ ਮੌਸਮ ਸਾਫ਼ ਹੋ ਗਿਆ ਠੰਡੀ ਹਵਾ ਵਾ ਆਹ ਆਪਣੇ ਸਾਥੀ ਆ ਇਹ ਭਾਈ ਅਮਰੀਕ ਸਿੰਘ ਆ ਇਹ ਕਹਿੰਦੇ ਖਾਣ ਪੀਣ ਦੀਆਂ ਗੱਲਾਂ ਨਾ ਕਰੋ ਇਹ ਭਾਈ ਜਸ਼ਨ ਸਿੰਘ ਆ ਉਹ ਕਹਿੰਦੇ ਗੱਲਾਂ ਖਾਣ ਪੀਣ ਦੀਆਂ ਕਰੋ ਆਹੀ ਆ ਦੋ ਆ ਸਾਨੂੰ ਕੋਈ ਪਤਾ ਹੀ ਨਹੀਂ ਲੱਗਣ ਦਿਆ ਵੀ ਅਸੀਂ ਕਿਹਦੇ ਮਗਰ ਲੱਗੀਏ ਕਿਹਦੇ ਆਖੇ ਲੱਗੀਏ ਸਾਡੀ ਲਾਈਫ ਜਿਹੜੀ ਆ ਨਾ ਬਸ ਕੁਛ ਨਹੀਂ ਬਸ ਇੱਕ ਜ਼ੋਂਬੀ ਬਣ ਕੇ ਰਹਿ ਗਈ ਜਦੋਂ ਅਸੀਂ ਪੌੜੀਆਂ ਚੜ੍ਹ ਕੇ ਉੱਪਰ ਗਏ ਤਾਂ ਉੱਤੇ ਫਿਰ ਮੀਂਹ ਆ ਗਿਆ ਥੱਲੇ ਆਏ ਹਾਂ ਮੀਂਹ ਵੀ ਹਟ ਗਿਆ ਥੋੜ੍ਹੀ ਧੁੱਪ ਵੀ ਨਿਕਲ ਆਈ ਸੀ ਪਰ ਹੁਣ ਵੱਜ ਗਏ 5 ਸ਼ਾਮ ਦੇ ਹੁਣ ਸਾਡੇ ਕੋਲ ਇੱਕ ਵੀ ਮਿੰਟ ਨਹੀਂ ਹੈਗਾ ਸਪੇਅਰ ਕਰਨ ਵਾਸਤੇ ਜਿੰਨੀ ਛੇਤੀ ਹੋ ਸਕੇ ਹੁਣ ਸਾਨੂੰ ਹੌਲੀ ਹੌਲੀ ਇੱਥੋਂ ਤੁਰਦੇ ਰਹਿਣਾ ਕਿਉਂਕਿ ਮੀਂਹ ਦਾ ਕੋਈ ਪਤਾ ਨਹੀਂ ਹੁੰਦਾ ਰਸਤੇ ਦੇ ਵਿੱਚ ਅਤੇ ਤੁਰੇ ਰਵਾਂਗੇ ਅਤੇ ਫਿਰ ਪਹੁੰਚ ਜਾਵਾਂਗੇ ਟਾਈਮ ਸਿਰ ਮਹਾਰਾਜ ਕਿਰਪਾ ਕਰਨ ਸਿੰਘ ਕਹਿੰਦੇ ਨਵਾਂ ਰਾਹ ਟਰਾਈ ਕਰਨਾ ਹੁਣ ਉੱਧਰ ਨੂੰ ਮੋੜ ਲਏ ਆਪਾਂ ਜਦੋਂ ਮੀਂਹ ਪੈ ਜਾਂਦਾ ਸੜਕਾਂ ਬਹੁਤ ਤਿਲਕਣੀਆਂ ਹੋ ਜਾਂਦੀਆਂ ਉੱਥੇ ਗਿੱਲੀ ਸੀ ਇੱਥੇ ਸੁੱਕੀ ਆ ਗਈ ਅੱਜ ਕੱਲ੍ਹ ਦੇ ਮੌਨਸੂਨ ਦੇ ਮੀਂਹ ਵੀ ਇੱਦਾਂ ਦੇ ਹੁੰਦੇ ਆ ਸਾਨੂੰ ਇਹ ਤਾਂ ਨਹੀਂ ਪਤਾ ਵੀ ਸਹੀ ਰਾਹ ਜਾ ਰਹੇ ਕਿ ਨਹੀਂ ਜਾ ਰਹੇ ਪਰ ਇੱਧਰ ਪਹਾੜੀਆਂ ਦਾ ਵਿਊ ਬੜਾ ਸੋਹਣਾ ਜਿੱਤੋਗ ਜਿੱਥੇ ਹੁਣ ਅਸੀਂ ਲੰਘਣ ਦੇ ਹਾਂ ਥੱਲੇ ਵੇਖੋ ਕਿੱਡਾ ਵਧੀਆ ਹੈ ਪੁਰਾਣਾ ਜਿਹਾ ਪੁਰਾਣਾ ਹੀ ਪੁੱਲ ਅਤੇ ਉਹਦੇ ਉੱਤੇ ਟ੍ਰੇਨ ਲਾਈਨ ਟ੍ਰੇਨ ਸਟੇਸ਼ਨ ਆ ਪਹਾੜਾਂ ਦੇ ਰਾਹ ਬੜੇ ਕਨਫਿਊਜ਼ਿੰਗ ਹੋ ਜਾਂਦੇ ਆ ਦੋ ਕੁ ਕਿੱਲੇ ਲੰਘ ਕੇ ਨਵਾਂ ਰਾਹ ਆ ਜਾਂਦਾ ਅਤੇ ਸਿੰਘ ਫਿਰ ਕਨਫਿਊਜ਼ ਹੋ ਜਾਂਦੇ ਆ ਇਸ ਰਾਹ ਜਾਣਾ ਇਸ ਰਾਹ ਜਾਣਾ ਇੱਕ ਵਾਰੀ ਸ਼ਹਿਰ ਨਿਕਲ ਕੇ ਪੈ ਗਏ ਪੱਕੀ ਤਾਂ ਫਿਰ ਆਪੇ ਤੁਰੇ ਰਹਿਣਗੇ ਬੜੀ ਹੋ ਗਈ ਤਾਂ ਰਾਹ ਚੰਗਾ ਆ ਜਾਏ ਅੱਗੇ ਜਾ ਕੇ ਬਾਕੀ ਤਾਂ ਠੀਕ ਹੈ ਚਲੋ ਇੱਥੇ ਦਿੱਤਾ ਹੁੰਦੇ ਵਿੱਚ ਤਾਂ ਥੋੜ੍ਹਾ ਬਹੁਤਾ ਟੁੱਟ ਜਾਂਦਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਅਸੀਂ ਸ਼ਿਮਲੇ ਤੋਂ ਚੰਡੀਗੜ੍ਹ ਵਾਲੀ ਸੜਕ 'ਤੇ ਨਹੀਂ ਪਏ ਸ਼ਿਮਲੇ ਤੋਂ ਬੱਦੀ ਵਾਲੀ ਰੋਡ 'ਤੇ ਹਾਂ ਇਹ ਸੜਕ 'ਤੇ ਤਾਂ ਟ੍ਰੈਫਿਕ ਬਹੁਤ ਘੱਟ ਹੈ ਕੋਈ ਟਰੱਕ ਟਰੁੱਕ ਨਹੀਂ ਆ ਰਹੇ ਅਜੇ ਤੱਕ ਤੇ ਉੱਧਰੋਂ ਹੀ ਆਉਂਦੇ ਟਰੱਕ ਤਕਰੀਬਨ ਸਾਰੇ ਮੇਨ ਹਾਈਵੇ ਹੋਣ ਕਰਕੇ ਅਤੇ ਸੜਕ ਵੀ ਚੰਗੀ ਹੈ ਅਜੇ ਤੱਕ ਜੇ ਤਾਂ ਇੱਦਾਂ ਦੀ ਸੜਕ ਰਹੀ ਅਤੇ ਆਈ ਥਿੰਕ ਵੀ ਆਰ ਗੋਇੰਗ ਟੂ ਇੰਜੋਏ ਆਵਰ ਰਾਈਡ ਅਤੇ 5:30 ਹੋ ਗਏ ਪੂਰੇ ਅਤੇ ਅਰਾਈਵਲ ਟਾਈਮ ਚੰਡੀਗੜ੍ਹ ਦਾ 9 ਦਾ ਹੈ ਦਿਖਾਉਂਦਾ ਤਕਰੀਬਨ ਬਾਹਰਲੇ ਦੇਸ਼ਾਂ ਵਰਗੀ ਫੀਲ ਆਉਂਦੀ ਹੈ ਸੜਕ 'ਤੇ ਹੁਣ ਤਾਂ ਟ੍ਰੈਫਿਕ ਥੋੜ੍ਹਾ ਆਲੇ ਦੁਆਲੇ ਹਰਿਆਲੀ ਆ ਰੋਡ ਵਰਕ ਨਹੀਂ ਹੈਗਾ ਮੋੜ ਪੂਰੇ ਉੱਦਾਂ ਹੀ ਵਧੀਆ ਵਿਖੇ ਬਾਚ ਹਰ ਰਾਚ ਸਮਝ ਮਨ ਬੋਰਾ ਰੇ ਸਮਝ ਮਨ ਬੋਰਾ ਰੇ ਨਿਰਪੈ ਹੋਏ ਨਾ ਹਰ ਭਜੈ ਮਨ ਬੋਰਾ ਰੇ ਮਨ ਬੋਰਾ ਰੇ ਲੱਗਦਾ ਸਾਡੀਆਂ ਬਾਈਕਾਂ ਦੀਆਂ ਸੀਟਾਂ ਥੋੜੀਆਂ ਕੰਫਰਟੇਬਲ ਆ ਅਮਰੀਕ ਭਾਜੀ ਖਲੋਗੇ ਫਿਰ ਸੀਟ ਨਹੀਂ ਕੰਫਰਟੇਬਲ ਲੱਗਦੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਮੋਟਰਸਾਈਕਲ ਮਹਿੰਗਾ ਪਰ ਸੀਟ ਕੰਫਰਟੇਬਲ ਨਾ ਬਣਾਵੇ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਪੇਨ ਦੇ 10 ਪਹਿਰ ਲੈ ਤੋ ਮੁੜਾ ਕੋ ਕਹਾ ਕਰੇ ਤੋ ਮੁੜਾ ਕੋ ਕਹਾ ਕਰੇ
जिस ठाकुर स्यों नाही चारा ताको की जय साधु नमस्कारा। जाके मन लागा प्रभ मीठा सर्व सुख ताहूं मन उठा। जिस परमेश्वर दे अगे अपना चारा ना चले उन्हों हमेशा नमस्कार करनी चाहिदी है। दाते दात रखी हथ अपने जिस पावे तिस दे जिन दिन करके कीती रात खसम वसारे ते कम जात। ओ जेड़ा नाम ना जपे गुरु जी कहिंदे ओनू कम जात। जिस परमेश्वर ने दिन रात बनाए हन जेड़ा उस नू विसर जांदा है उस नू कम जात नीवी जात वाला क्या है। भाई अपनी जात उची करिए गुरबाणी दे नाल। आ दुनियावी जातां दी गल नहीं है। दरगाह दे विच मुल पवे तेरे ना कोई तुल पवे तुला तार तोले सुख सगले बिन हर दर्श सबो ही थोरा। तुला हुंदी तकड़ी कहिंदे तुला तार तकड़ी च रख के वेख ले सारे सड़क परमेश्वर दे दर्श तो बिना सारा कुछ ही थोड़ा है। इथों शिमले एयरपोर्ट नूं सड़क पाटी सी तो हुण असीं सिंगल रोड ते आ गए हां। थोड़ा होर अलर्ट होके चलाना पैंदा पर कोई गल नहीं। जब लो नहीं पागल लारे उदय तब लो प्रम ते फिरते बहतायो कल कोर समुद्र में बूढ़त थे कबो मिट है नहीं रे पछतायो तत विचार यह मथुरा जग तारण को अवतार बनायो जपयो जिन अर्जन देव गुरु फिर संकट जोन गर्भ ना आयो। 73 किलोमीटर साडा पिंड आया जे चंडीगढ़ दा मोहाली दा ते 2 घंटे 22 मिंट दा रस्ता। दुकान दे उपर लिखिया होया है कि चंडी है पिंड दा ना पर सानू 100% पता नहीं किथे कि जी है। इस वेले बद्दी सानू इथों 20-25 किलोमीटर है। फिर असीं चंडीगढ़ मोहाली पहुँचांगे आपो अपने घर ते तकरीबन शाम पै गई है। हुण रहरा साहब दा टाइम हो गया नाले रहरा साहब करदे हां। हुण असीं तुहाडे को वधाई लैण लगे हां। वाहिगुरु जी का खालसा वाहिगुरु जी की फतेह।